ਖੁਦਾ ਆਪਣੀ ਉਮਤ ਦੇ ਉੱਤੇ ਪੰਜ ਨਮਾਜ਼ਾਂ ਇੱਕ ਨੀਂਦ ਵਿੱਚ ਪੜ੍ਹ ਕੇ ਪਾਬੰਦੀ। ਪਰ ਅਫਸੋਸ, ਉਮਤ ਦੇ ਉੱਤੇ ਦੁਨੀਆ ਦੀ ਗਫਲਤ ਵਿੱਚ ਮਸ਼ਗੂਲ ਥੀ ਗਈ, ਦੁਨੀਆ ਦੇ ਕਾਰੋਬਾਰ ਦੇ ਵਿੱਚ ਮਸ਼ਗੂਲ ਥੀ ਗਈ, ਦੁਨੀਆ ਕੋ ਭਾਗੁਰ ਪਾ ਪੈ ਗਈ। ਕੁਰਬਾਨ ਮੰਨਿਆ, ਅਗਰ ਕਈ ਦੋਸਤ ਦੀ ਕਾਲ ਆਉਂਦੀ ਹੈ, ਉਨ ਦੋਸਤ ਦੀ ਕਾਲ ਅਗਰ ਡਰਾਪ ਥੀ ਵਜੇ, ਘੰਟੇ ਘੰਟੇ ਇੰਤਜ਼ਾਰ ਕਰਸੂ। ਸਾਊਦੀ ਅਰਬ ਦਾ ਦੋਸਤ ਹੈ, ਲੰਡਨ ਦਾ ਦੋਸਤ ਹੈ, ਕੋਈ ਖਾਸ ਮੈਸੇਜ ਦੇਂਦਾ ਉਸੇ, ਪੈਗਾਮ ਦੇਂਦਾ ਉਸੇ, ਘੰਟੇ ਘੰਟੇ ਇੰਤਜ਼ਾਰ ਕਰੇ ਸੂ, ਉਹਦੇ ਵਾਸਤੇ ਘੰਟੇ ਦਾ ਟਾਈਮ ਵੀ ਅਸੀਂ ਕੋ ਮਿਲ ਵੈਸੇ, ਲੇਕਿਨ ਰੱਬੁਲ ਆਲਮੀਨ ਦੀ ਜ਼ਾਤ ਦੀ ਦਾ ਪੰਜ ਦਫ਼ਾ ਕਾਲ ਲੈਣੀ ਤੇ ਕੋ ਅੱਲਾਹੁ ਅਕਬਰ ਅੱਲਾਹੁ ਅਕਬਰ ਆ ਮੈਂ ਰੱਬ ਦੀ ਤਰਫ ਹਯਾ ਅਲਾ ਸਲਾਹ ਹਯਾ ਅਲਾ ਫਲਾਹ ਆ ਕਾਮਯਾਬੀ ਦੀ ਤਰਫ ਆ ਨਮਾਜ਼ ਦੀ ਤਰਫ ਅਸਾਂ ਅੱਲਾਹ ਦੀ ਕਾਲ ਦੇ ਉਤੇ ਇੱਕ ਤਰਫ ਇੱਕ ਮਿੰਟ ਵੀ ਅਸਾਂ ਕੰਨ ਨਿਸੇ ਦੇਂਦੇ। ਪੰਜ ਮਿੰਟ ਜਾਂ ਤੇਰੇ ਵਾਸਤੇ ਦਸ ਮਿੰਟ ਵੀਹ ਮਿੰਟ ਨਮਾਜ਼ ਲੱਗ ਸਕ, ਵੀਹ ਮਿੰਟ ਵੱਧ ਤੋਂ ਵੱਧ ਪੱਚੀ ਪੱਚੀਸ ਮਿੰਟ ਲੱਗ ਸਕ, ਜਾਂ ਕੁਰਬਾਨੀ ਵੀ ਨਹੀਂ ਸੀ ਦੇ ਸਕਦੇ। ਅਸਾਂ ਮੁਸਲਮਾਨ ਕਦੋਂ ਦੇ ਸਲੀ ਲੁਫਾਲ ਦੀ ਰਾਤ ਅਸਲ ਜਿਹੜੇ ਪਰੇਸ਼ਾਨੀ ਦੇ ਵਿੱਚ ਗੁਜ਼ਰੇ ਦੇ ਪਿੰਨ, ਕਾਸ਼ ਕਿ ਮੁਸਲਮਾਨ ਕੁਰਾਨ ਔਰ ਹਦੀਸ 'ਤੇ ਅਮਲ ਕਰਦਾ, ਇਹ ਪਰੇਸ਼ਾਨੀ ਦੇ ਦੁੱਖੇ ਦੁੱਖੇ ਨਹੀਂ ਨਾ ਦੇਖਣਾ। ਨਬੀ ਕਰੀਮ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਮੂਸਾ ਮੇਰਾ ਮੌਲਾ ਮੈਂ ਨਾਲ ਵਾਦਾ ਕੀਤਾ ਹੈ, ਮੇਰਾ ਪਿਆਰਾ ਮਹਬੂਬ ਮੈਂ ਅਗਰ ਪੰਜਾਹ ਦਾ ਵਾਦਾ ਕੀਤਾ, ਮੇਰਾ ਪਿਆਰਾ ਮਹਬੂਬ ਇਹ ਵਾਦਾ ਵੀ ਮੈਂ ਰੱਬ ਦਾ ਸੱਚਾ ਹੈ, ਤੇਰੀ ਉਮਤ ਦੀਨ ਦੇ ਵਿੱਚ ਪੰਜ ਨਮਾਜ਼ਾਂ ਪੜ੍ਹਸੇ, ਮੈਂ ਰੱਬੁਲ ਆਲਮੀਨ ਨੂੰ ਉਹਨੇ ਕੋ ਪੰਜਾਹ ਦਾ ਸਵਾਬ ਅਤਾ ਫਰਮੇ ਸਾਂ। ਸੁਭਾਨ ਅੱਲਾਹ। ਮਨ ਜਾ ਬਿਲ ਹਸਨਤੀ ਫਲਹੁ ਅਸ਼ਰੁ ਅਮਸਾਲਿਹਾ, ਅੱਲਾਹ ਫਰਮੇ ਦੇ ਜੇ ਕੋ ਮੈਂ ਰੱਬ ਦੀ ਬਾਰਗਾਹ ਦੇ ਛਿਕਨੇ ਕੀ ਕਰਦਾ, ਮੈਂ ਕੋ ਢਹਨੇ ਕੇ ਦਾ ਸਵਾਬ ਅਤਾ ਫਰਮੇ ਦਾ, ਪੰਜ ਨਮਾਜ਼ਾਂ ਪੜ੍ਹਸੇ ਮੈਂ ਕੋ ਪੰਜਾਹ ਦਾ ਸਵਾਬ ਅਤਾ ਫਰਮੇ ਸਾਂ। ਸੁਭਾਨ ਅੱਲਾਹ। ਪਰ ਜੇ ਕੇ ਇਹਨਾਂ ਵਸੀਲਾ ਜਾਇਜ਼ ਹੀ ਕਹਿਣੀ, ਨਬੀ ਦਾ ਵਲੀ ਦਾ ਵਸੀਲਾ ਜਾਇਜ਼ ਹੀ ਕਹਿਣੀ, ਥੋੜ੍ਹੀ ਜਿਹੀ ਗੁਜ਼ਾਰਿਸ਼ ਕਰੇ ਸਾਂ, ਉਹ ਮਿਹਰਬਾਨੀ ਫਰਮਾ, ਦੁਨੀਆ ਕੋ ਕਹਿਣੀ ਵਸੀਲਾ ਜਾਇਜ਼ ਕਹਿਣੀ, ਆਪ ਵਸੀਲੇ 'ਤੇ ਅਮਲ ਕਰਦੀ, ਪੰਜ ਦੀ ਦੇ ਵਿੱਚ ਪੰਜ ਨਮਾਜ਼ਾਂ ਪੜ੍ਹਦੀ, ਅਗਰ ਵਸੀਲੇ ਦਾ ਕਾਇਲ ਨਹੀਂ ਵੀ ਤੋ ਲੋਕੇ ਕੋ ਜਿਹੜਾ ਫੜਕੇ ਨਹੀਂ ਬਾਰੇ ਦੇ ਵਿੱਚ ਵਸੀਲਾ ਜਾਇਜ਼ ਕਹਿਣੀ, ਪੰਜਾਹ ਨਮਾਜ਼ਾਂ ਪੜ੍ਹ, ਨਾ ਲੋਟੇ ਚਾਵਲ ਕੋ ਫਾਰਿਗ ਕਿਸੇ ਨਾ ਕਹਿਣ ਲੱਗੇ। ਕਬਰ ਵਾਲੇ ਮੂਸਾ ਅਲੈਹਿ ਸਲਾਮ ਨਬੀ ਦਾ ਵਸੀਲਾ ਵੀ ਮੰਨਦੇ, ਨਹੀਂ ਤਾਂ ਪੰਜ ਨਮਾਜ਼ਾਂ ਵੀ ਪੜ੍ਹਦੇ, ਪਰ ਲੇਕਿਨ ਯਾਰ ਮਸਜਿਦ ਤੋਂ ਬਾਹਰ ਨਿਕਲ ਲੱਗਦੇ, ਨਮਾਜ਼ ਵਸੀਲਾ ਜਾਇਜ਼ ਹੀ ਕਹਿਣੀ, ਨਬੀ ਦਾ ਵਲੀ ਦਾ ਵਸੀਲਾ ਕਿਆ ਹੈ, ਕੁਛ ਹੀ ਨਹੀਂ, ਪਕੜ ਕੇ ਨਿਕਾਣੀ ਕੋ ਨਾਲ ਕਿਸੇ ਵਸੀਲਾ ਕੀਤੀ ਆਉਂਦੀ ਤੂੰ ਮਸਜਿਦ ਦੇ ਵਿੱਚ, ਪੰਜ ਨਮਾਜ਼ਾਂ ਪੜ੍ਹਦਾ ਖੜੇ, ਪੰਜਾਹ ਨਮਾਜ਼ਾਂ ਪੜ੍ਹ ਪਹਿਲੇ ਪੰਜਾਹ ਫਰਜ਼ ਯਾਰ, ਅਗਰ ਕਬਰ ਵਾਲਾ ਨਬੀ ਮੂਸਾ ਅਲੈਹਿ ਸਲਾਮ ਦਰਮਿਆਨ ਵਿੱਚ ਵਸੀਲਾ ਨਾ ਬਣੇ, ਹਾਂ 45 ਨਮਾਜ਼ਾਂ ਮਾਫ ਨਹੀਂ ਹੋਣ ਹੈ, 45 ਨਮਾਜ਼ਾਂ ਮਾਫ ਤੇ ਪੰਜ ਨਮਾਜ਼ਾਂ ਫਰਜ਼ ਤੇ, ਅਗਰ ਵਸੀਲੇ ਕੋ ਨਹੀਂ ਮੰਨਦਾ ਤੂੰ ਪੰਜਾਹ ਨਮਾਜ਼ਾਂ ਪੜ੍ਹ, ਨਾ ਲੋਟੇ ਜਾਵਣ ਕੋ ਫਾਰਿਗ ਕੀਤੀ, ਹਰ 20 ਮਿੰਟ ਦੇ ਬਾਅਦ ਨਮਾਜ਼ ਦਾ ਵਕਤ, ਹਰ 20 ਮਿੰਟ ਦੇ ਬਾਅਦ ਨਮਾਜ਼ ਦਾ ਵਕਤ, ਜਿਵੇਂ ਨਮਾਜ਼ ਕੋ ਫਾਰਿਗ ਕੀਤੀ ਸੇ ਬਲਾ ਅਜ਼ਾਨ ਸ਼ੁਰੂ ਕੀਤੀ। ਵਸੀਲੇ ਕੋਈ ਮੰਨਦਾ ਹੈ, ਅਮਲ ਵੀ ਕਰਦਾ ਹੈ, ਲੋਕਾਂ ਕੋ ਫੜਕੇ ਦਾ ਤੁਸਾਂ ਵਸੀਲੇ ਦੇ ਕਾਇਲ ਵੀ ਨਾ ਕੀ, ਉਹ ਵਸੀਲੇ ਕੋ ਮੰਨੋ। ਅੱਲਾ ਦਾ ਕੁਰਾਨ ਸੱਚਾ ਹੈ, ਅੱਲਾ ਤਬਾਰਕ ਵ ਤਾਲਾ ਨੇ ਫਰਮਾਇਆ, ਲਾ ਤੁਮਿਨੁਨ ਬਿਹੀ ਵਲਾ ਤਨਸੁਰੁਨ, ਜ਼ਰੂਰ ਜ਼ਰੂਰ ਮੇਰੇ ਮਹਿਬੂਬ ਦੀ ਜ਼ਾਤ ਦੀ ਇਮਾਨ ਆਣਾ ਹੈ, ਜ਼ਰੂਰ ਜ਼ਰੂਰ ਮੇਰੇ ਮਹਿਬੂਬ ਦੀ ਜ਼ਾਤ ਦੀ ਮਦਦ ਕਰਨੀ ਹੈ। ਕਾਲਾ ਆਕਰਰਤੁਮ, ਅੱਲਾ ਫਰਮਾਇ ਦੇ ਅੰਬੀਆ ਦੇ ਰੂਹਾਂ ਕਿਆ ਤੁਸਾਂ ਮੈਂ ਨਾਲ ਇਕਰਾਰ ਕੀਤਾ ਹੈ, ਵਾ ਅਖਸਤੁਮ ਅਲਾ ਭਾਰੀ ਜ਼ਿੰਮਾ ਚਾਹਤਾ ਤੁਸਾਂ ਅੰਬੀਆ ਦੇ ਸਾਰੇ ਰੂਹਾਂ ਕਹਿੰਦੇ ਕਾਲੂ ਅਕਰਰਨਾ, ਮੌਲਾ ਅਸਾਂ ਇਕਰਾਰ ਕੀਤਾ, ਅੱਲਾ ਫਰਮੇ ਦੇ ਫਸ਼ਹਦੂ, ਤੁਸਾਂ ਮੇਰੇ ਮਹਬੂਬ ਦੇ ਮੀਲਾਦ ਦੇ ਜਲਸੇ ਦੇ ਗਵਾਹ ਥੀ ਵਜੋ, ਸੁਭਾਨ ਅੱਲਾ, ਕਈ ਮਹਬੂਬ ਦੇ ਮੀਲਾਦ ਦੇ ਜਲਸੇ ਦੇ ਅੰਬੀਆ ਗਵਾਹ, ਜਿਹਦਾ ਬਿਆਨ ਕਰਨ ਵਾਲਾ ਹਜ਼ੂਰ ਦੀ ਤਾਰੀਫ ਰੱਬੀ ਕਹਿਣਾ ਦੀ ਜ਼ਾਤ, ਅੱਲਾ ਫਰਮੇ ਦੇ ਤੁਸਾਂ ਵੀ ਮੇਰੇ ਮਹਬੂਬ ਦੇ ਜਲਸੇ ਦੇ ਗਵਾਹ ਥੀ ਵਜੋ, ਵਾ ਅਨਾ ਮਾਕੁਮ ਮਿਨਸ਼ਾ
تے محبوب دے میلاد دے جلسے دا گواہ خالق کائنات ہوئے بل بھی اون جلسے دا تو ثبوت منگ دے جی جلسے دی جڑے تعریفہ مونا کرے ایمان ضرور ضرور میرے محبوب دی ذات تے ایمان ہنو ضرور ضرور میرے محبوب دی ذات دی تو سکو مدد کرے اللہ تبارک و تعالی نے پہلا جلسہ آسمانا تے منایا وہ جلسے دا نام میثاق اللہ تعالی نے قرآن پاک دی ارشاد فرمایا قل بفضل اللہ وبرحمته فبذلك فليفرحوا فرما میرا پیارا محبوب بفضل اللہ میں رب دا فضل و برحمتہ میں رب دی رحمت فبذلك فلیفرحوا لوگا پوچھے دا ایندے اوتے خوشی مناون اللہ فرمے دا میں رب دا فضل میں رب دی رحمت تے تسا خوشی مناؤ او اللہ دی قران کو پوچھتے مولا تیرا پتہ بڑے تو بڑا فضل کون ہے اللہ تعالی نے ارشاد فرمایا یا اللہ تبارک